आकाशवाणी। हुण तुसी बलजीत कौर तों खबरां सुनो। प्रधानमंत्री नरेंद्र मोदी अज कर्नाटका अते महाराष्ट्र दा दौरा करनगे। चोण कमिशन ने त्रिपुरा, मेघालय अते नागालैंड विच विधानसभा चोणां लई चोण प्रोग्राम दा ऐलान कर दित्ता है। भारत अते संयुक्त राष्ट्र विखे बहुतेरी संस्थावां विच सुधार ते जोर दित्ता है। अते मर्दां दी क्रिकेट विच बीती रात हैदराबाद विच भारत ने पहले एक दिना अंतरराष्ट्रीय मैच विच न्यूजीलैंड नूं 12 दौड़ां नाल हरा दित्ता है। प्रधानमंत्री नरेंद्र मोदी अज कर्नाटका ते महाराष्ट्र दा दौरा करनगे। कर्नाटका विच प्रधानमंत्री यादगिरी ते कालाबुर्गी जिलियां दा दौरा करनगे। यादगिरी जिले दे कोडेकल विखे दुपहरे तकरीबन 12 बजे प्रधानमंत्री सिंचाई पीण वाले पानी संबंधी वख वख विकास प्रोजेक्टां अते इक राष्ट्रीय शाहराह विकास प्रोजेक्ट दा नींह पत्थर रखणगे ते उद्घाटन करनगे। ਉਹ ਦੁਪਹਿਰ ਬਾਅਦ ਕਾਲਾਬੁਰਗੀ ਜ਼ਿਲ੍ਹੇ ਵਿਚ ਮਾਲਖੇੜ ਪਹੁੰਚਣਗੇ ਜਿੱਥੇ ਉਹ ਨਵੇਂ ਐਲਾਨੇ ਗਏ ਮਾਲੀ ਪਿੰਡਾਂ ਦੇ ਯੋਗ ਲਾਭਪਾਤਰਾਂ ਨੂੰ ਜਾਇਦਾਦ ਦੀ ਮਾਲਕੀ ਸਬੰਧੀ ਦਸਤਾਵੇਜ਼ਾਂ ਦੀ ਵੰਡ ਕਰਨਗੇ। ਉਹ ਰਾਸ਼ੀ ਸ਼ਾਹਰਾ ਪ੍ਰੋਜੈਕਟ ਲਈ ਨੀਂਹ ਪੱਥਰ ਵੀ ਰੱਖਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਮੁੰਬਈ ਵਿਚ ਕਈ ਵਿਕਾਸ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਕੁਝ ਨੂੰ ਸਮਰਪਿਤ ਕਰਨਗੇ ਤੇ ਕੁਝ ਦਾ ਨੀਂਹ ਪੱਥਰ ਰੱਖਣਗੇ। ਉਹ ਮੁੰਬਈ ਮੈਟਰੋ ਦੀਆਂ 2 ਲਾਈਨਾਂ ਦਾ ਵੀ ਉਦਘਾਟਨ ਕਰਨਗੇ ਤੇ ਮੈਟਰੋ ਦਾ ਸਫ਼ਰ ਕਰਨਗੇ। ਚੋਣ ਕਮਿਸ਼ਨ ਨੇ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਤਰਤੀਬ ਦਾ ਐਲਾਨ ਕਰ ਦਿੱਤਾ ਹੈ। ਮੇਘਾਲਿਆ ਅਤੇ ਨਾਗਾਲੈਂਡ ਵਿਚ ਵਿਧਾਨ ਸਭਾ ਚੋਣਾਂ 27 ਫਰਵਰੀ ਨੂੰ ਇਕੋ ਗੇੜ ਵਿਚ ਹੋਣਗੀਆਂ, ਜਦਕਿ ਤ੍ਰਿਪੁਰਾ ਵਿਚ ਚੋਣਾਂ 16 ਫਰਵਰੀ ਨੂੰ ਹੋਣਗੀਆਂ। ਤਿੰਨਾਂ ਰਾਜਾਂ ਵਿਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਏਗੀ। ਚੋਣ ਤਰਤੀਬ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਕਮਿਸ਼ਨ ਤਿੰਨਾਂ ਰਾਜਾਂ ਵਿਚ ਆਜ਼ਾਦ, ਨਿਰਪੱਖ ਤੇ ਹਿੰਸਾ ਮੁਕਤ ਚੋਣਾਂ ਕਰਵਾਉਣ ਲਈ ਵਚਨਬੱਧ ਏ। ਤ੍ਰਿਪੁਰਾ ਵਿਧਾਨ ਸਭਾ ਲਈ ਨੋਟੀਫਿਕੇਸ਼ਨ 21 ਜਨਵਰੀ ਨੂੰ ਜਾਰੀ ਕੀਤਾ ਜਾਏਗਾ, ਜਦਕਿ ਮੇਘਾਲਿਆ ਤੇ ਨਾਗਾਲੈਂਡ ਲਈ 31 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ। ਮੁੱਖ ਚੋਣ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਏ ਕਿ ਕੁੱਲ ਵੋਟ ਕੇਂਦਰਾਂ ਵਿਚੋਂ ਕੁੱਲ 376 ਵੋਟ ਕੇਂਦਰਾਂ ਦਾ ਪ੍ਰਬੰਧ ਪੂਰੀ ਤਰ੍ਹਾਂ ਨਾਲ ਔਰਤ ਅਮਲਾ ਕਰੇਗਾ। ਮੇਘਾਲਿਆ ਵਿਧਾਨ ਸਭਾ ਦੀ ਮਿਆਦ 15 ਮਾਰਚ ਨੂੰ ਖਤਮ ਹੋ ਰਹੀ ਏ। ਨਾਗਾਲੈਂਡ ਵਿਧਾਨ ਸਭਾ ਦੀ ਮਿਆਦ 12 ਮਾਰਚ ਨੂੰ ਅਤੇ ਤ੍ਰਿਪੁਰਾ ਵਿਧਾਨ ਸਭਾ ਦੀ ਮਿਆਦ 22 ਮਾਰਚ ਨੂੰ ਖਤਮ ਹੋ ਰਹੀ ਏ। ਤਿੰਨੇ ਰਾਜਾਂ ਵਿਚ 60 ਮੈਂਬਰੀ ਵਿਧਾਨ ਸਭਾਵਾਂ ਨੇ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਕ ਰਸਮੀ ਮੀਟਿੰਗ ਦੌਰਾਨ ਸੰਸਥਾ ਦੇ ਬਹੁਤੇਰੀ ਸੰਗਠਨਾਂ ਦੇ ਸੁਧਾਰ ਤੇ ਜ਼ੋਰ ਦਿੱਤਾ ਏ। ਇਹ ਕਹਿੰਦਿਆਂ ਕਿ ਬਹੁਤੇਰੀ ਸੰਸਥਾਵਾਂ ਦਾ ਸੁਧਾਰ ਇਕ ਫੌਰੀ ਜ਼ਰੂਰਤ ਏ, ਭਾਰਤ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ 21ਵੀਂ ਸਦੀ ਦੀਆਂ ਅਸਲੀਅਤਾਂ ਨੂੰ ਦਰਸਾਉਂਦਿਆਂ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਉਠਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਏ। ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਸੰਯੁਕਤ ਰਾਸ਼ਟਰ ਦੇ ਲਈ ਭਾਰਤ ਦੇ ਸਥਾਈ ਨੁਮਾਇੰਦੇ ਰੁਚਿਰਾ ਕੰਬੋਜ ਨੇ ਕਿਹਾ ਕਿ ਭਾਰਤ ਇਸ ਅੰਤਰਰਾਸ਼ਟਰੀ ਸੰਸਥਾ ਦੇ ਵੱਧ ਰਹੇ ਵਖਰੇਵਿਆਂ ਬਾਰੇ ਚਿੰਤਤ ਏ। ਉਨਾਂ ਇਹ ਵੀ ਕਿਹਾ ਕਿ ਜੀ20 ਦੇ ਪ੍ਰਧਾਨ ਵਜੋਂ ਭਾਰਤ ਜੀ20 ਪ੍ਰਕਿਰਿਆ ਵਿਚ ਦੱਖਣ ਦੀਆਂ ਤਰਜੀਹਾਂ ਵਿਚ ਤਬਦੀਲੀ ਕਰਦਿਆਂ ਆਲਮੀ ਦੱਖਣ ਨਾਲ ਸਰਗਰਮ ਕੰਮ ਕਰਨਾ ਜਾਰੀ ਰੱਖੇਗਾ। ਰੁਚਿਰਾ ਕੰਬੋਜ ਨੇ ਕਿਹਾ ਕਿ ਦੁਨੀਆਂ ਸ਼ਾਇਦ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਮੁਸ਼ਕਲ ਸਮਾਂ ਹੰਢਾ ਰਹੀ ਏ ਅਤੇ ਇਹ ਕੋਈ ਅਤਕਥਨੀ ਨਹੀਂ ਸਗੋਂ ਇਕ ਸਚਾਈ ਏ। ਉਨਾਂ ਕਿਹਾ ਕਿ ਅੱਗੇ ਦਾ ਰਾਹ ਚੁਣੌਤੀ ਭਰਿਆ ਏ ਤੇ ਉਨਾਂ ਮੈਂਬਰ ਦੇਸ਼ਾਂ ਨੂੰ ਵਿਕਾਸ ਸਬੰਧੀ ਚੁਣੌਤੀਆਂ ਦੇ ਸਥਾਈ ਹੱਲ ਭਾਲਣ ਲਈ ਇਕਜੁੱਟ ਤਰੀਕੇ ਨਾਲ ਇਕੱਠਿਆਂ ਕੰਮ ਕਰਨ ਦੀ ਅਪੀਲ ਕੀਤੀ ਏ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅੱਜ ਤੋਂ ਸੰਯੁਕਤ ਅਰਬ ਅਮੀਰਾਤ UAE ਦੇ 3 ਦਿਨਾਂ ਦੌਰੇ ਤੇ ਜਾਣਗੇ। ਆਪਣੇ ਦੌਰੇ ਦੌਰਾਨ ਉਹ ਆਬੂਧਾਬੀ, ਦੁਬਈ ਵਿਚ UAE ਦੇ ਮੰਤਰੀਆਂ ਅਤੇ ਵਿਆਪਕ ਭਾਈਚਾਰੇ ਨੂੰ ਮਿਲਣਗੇ। ਉਹ ਭਾਰਤੀ ਕਾਰੋਬਾਰੀਆਂ, ਪੇਸ਼ੇਵਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ। ਸ੍ਰੀ ਮੁਰਲੀਧਰਨ UAE ਵਿਚ ਭਾਰਤੀ ਵਰਕਰਾਂ ਅਤੇ ਸਮਾਜਿਕ ਆਗੂਆਂ ਨੂੰ ਵੀ ਮਿਲਣਗੇ। ਭਾਰਤ ਅਤੇ UAE ਨੇ ਆਪਣੀ ਵਿਆਪਕ ਨੀਤੀਗਤ ਭਾਈਵਾਲੀ ਦੀ ਭਾਵਨਾ ਨਾਲ ਨੇੜਲਾ ਸਹਿਯੋਗ ਲਗਾਤਾਰ ਬਰਕਰਾਰ ਰੱਖਿਐ। ਇਹ ਸਾਲ ਭਾਰਤ ਅਤੇ UAE ਦੋਹਾਂ ਲਈ ਹੀ ਵਿਸ਼ੇਸ਼ ਹੋਏਗਾ ਕਿਉਂਕਿ ਉਨ੍ਹਾਂ ਦੇ GB ਅਤੇ COP28 ਦੀਆਂ ਕ੍ਰਮਵਾਰ ਪ੍ਰਧਾਨਗੀਆਂ ਹਾਸਲ ਕੀਤੀਆਂ ਨੇ।
प्रधानमंत्री नरेंद्र मोदी ने कहा कि भारत खेडा के खेत्र विच नवियां मल्लां मार रहा है ते इसकी कारगुजारी की चर्चा दुनिया भर विच हो रही है। उत्तर प्रदेश के बस्ती जिले विच सांसद खेल महाकुंभ 2022-23 के दूजे गेट का वीडियो कॉन्फ्रेंसिंग राही उद्घाटन करते हुए उन्होंने कहा कि भारत नूं खेडा विच नवे टीचे हासिल करने होंगे ते नवे रिकॉर्ड बनाने होंगे। प्रधानमंत्री ने खेडा के सैक्टर नूं दरपेश चुनौतियां नाल निजिठण विच केंद्र सरकार की भूमिका ते चानना पाया। उन्होंने सूचित किया कि ढुकवें वसीलियां सिखलाई तकनीकी ज्ञान अंतरराष्ट्रीय पद्धर से उभरण से खिडारियों की चोण विच पारदर्शिता से खास जोर दिता जा रहा है। उन्होंने कहा कि सरकार खिडारियों नूं सारी हिमायत मुहैया कर रही है और खेडां लई वधेरे बुनियादी ढांचा तैयार किया जा रहा है। इह खबरां तुसीं आकाशवाणी तों सुन रहे हो। मर्दा दी क्रिकेट विच भारत ने बीती रात हैदराबाद विच राजीव गांधी इंटरनेशनल क्रिकेट स्टेडियम विखे एक दिन अंतरराष्ट्रीय मैचां दी लड़ी दे पहले मैच विच न्यूजीलैंड खिलाफ नूं 12 दौड़ां नाल हरा दिता है। जित लई 350 दौड़ां दे टीचे दा पिछा करदिआं न्यूजीलैंड दी टीम 49.2 ओवरां च 337 दौड़ां बना के आउट हो गई। माइशेल ब्रेसवेल ने 78 गेंदां ते 140 दौड़ां बनाईआं। भारत वल्लों मुहम्मद सिराज ने 4 विकटां लईआं। पहला बल्लेबाजी का फैसला करदिआं भारत ने 8 विकटां दे नुकसान ते 349 दौड़ां बनाईआं। शुभमन गिल एक दिन अंतरराष्ट्रीय मैचां विच दोहरा सैकड़ा लाने वाला नौजवान खिडारी बन गया। उसने 149 गेंदां ते 208 दौड़ां बनाईआं। 23 साला शुभमन एक दिन अंतरराष्ट्रीय मैच भारत लई दोहरे सैकड़े लाने वाले सचिन तेंदुलकर वीरेंद्र सहवाग रोहित शर्मा ते ईशान किशन तों बाद पंजवां क्रिकेटर बन गया। गिल एक दिन अंतरराष्ट्रीय मैचां विच सब तो तेजी नाल 1000 दौड़ां बनाउण वाला भारतीय खिडारी भी बन गया। कप्तान रोहित शर्मा ने 34 अते सूर्य कुमार यादव ने 31 दौड़ां बनाईआं। लड़ी दा दूजा मैच शनिचरवार नूं रायपुर विच खेडिया जाएगा। ओडिशा विच खेडे जा रहे मर्दां दे FIH हॉकी विश्व कप विच अज भुवनेश्वर च कालिंगा स्टेडियम विखे मलेशिया अते जापान दरमियान मैच खेडिया जाएगा। स्थानक समय अनुसार ए मैच दुपहरे 1 बजे शुरू होएगा। बाद विच दिने 3 बजे नीदरलैंड्स अते चिली दरमियान मैच खेडिया जाएगा जबकि स्पेन अते इंग्लैंड दरमियान मैच शाम 5 बजे होएगा। भारत दा शाम 7 बजे वेल्स नाल मुकाबला होएगा। ए सारे ही मैच भुवनेश्वर च खेडे जाणगे। अज राउरकेला च बिरसा मुंडा हॉकी स्टेडियम विच कोई भी मैच नहीं खेडिया जा रहा। खेड मंत्रालय ने कुछ पहलवाना वालों लाए दोषां ते भारतीय कुश्ती संघ WFI तों स्पष्टीकरण मंगे। मंत्रालय ने कल नवी दिल्ली विच पहलवाना दे मुजारे अते WFI प्रधान ते कोचां वालों औरत पहलवाना दे जिनसी शोषण दे नाल नाल संघ दे कामकाज विचले कुप्रबंध बारे उन्हां दे गंभीर दोषां नूं ध्यान विच लिया। एक बयान मुताबक इसने WFI नूं इन्हां दोषां बारे अगले 72 घंटियां दे अंदर जवाब देण दा निर्देश दित्ता है। विदेश मंत्री डॉ एस जयशंकर टापू देश अते श्रीलंका दे अपने 3 दिना दौरे दे हिस्से वजो कल मालदीव्स पहुंचे ने। मानादो पहुंचन दे बाद डॉ जयशंकर ने भारत मालदीव सहयोग मजबूत करन लई मालदीव दे विदेश मंत्री अब्दुल्ला शाहिद नाल गलबात कीती। उन्होंने मालदीव विच भारत दी माली सहायता नाल बन रहे विकास प्रोजेक्ट दा वी जायजा लिया। डॉ जयशंकर ने मालदीव दी नेशनल यूनिवर्सिटी अते विज्ञान ते तकनालोजी बारे कोची यूनिवर्सिटी दरमियान होए समझौते ते खुशी जाहिर कीती। उन्होंने कहा कि याद पत्र अते समझौते दोहां देशां दरमियान मजबूत विकास भाईवाली दी मुड़ पुष्टि करते ने। मंत्री ने कहा कि भारत ने मालदीव नेशनल डिफेंस फोर्स की सहायता लई 2 समुद्री एम्बूलेंसा भी सपुरद कीतियां ने। अमरीकी पुलाड़ एजेंसी नासा ने बोइंग कंपनी विच एजेंसी दे स्थाई उड़ान डेमोन्स्ट्रेटर प्रोजेक्ट लई 42.5 करोड़ डॉलर की पूंजीकारी की। इस प्रोजेक्ट तहत बोइंग एक फुल स्केल डेमोन्स्ट्रेटर हवाई जहाज के निर्माण परख ते उड़ान अते कार्बन निकासी घट करन दे उद्देश वालियां तकनालोजियां की तस्दीक करन लई नासा नाल काम करेगी। पुलाड़ एजेंसी ने कहा कि अगले 7 साल विच नासा 42.5 करोड़ डॉलर की पूंजीकारी करेगा जबकि बोइंग ते इसके भाईवाल तकरीबन 72.5 करोड़ डॉलर की अनुमानित फंडिंग के बाकी हिस्से का योगदान पाएंगे। ट्रांसोनिक थ्रस्ट ब्रेस्ड विंग डेमोन्स्ट्रेटर सिंगल आयल हवाई जहाज नूं ईंधन की खपत घटाउण ते कार्बन निकासी 30% घट करन दे उद्देश नाल बनाया जा रहा है। आखिर च खास खबरां। प्रधानमंत्री नरेंद्र मोदी अज कर्नाटका ते महाराष्ट्र दा दौरा करनगे। चोण कमिशन ने त्रिपुरा मेघालय ते नागालैंड विच विधानसभा चोणां लई चोण प्रोग्राम ऐलान दित्ता है। भारत ने संयुक्त राष्ट्र विखे बहुतेरी संस्थावां च सुधारां ते जोर दित्ता है।
ਅਤੇ ਮਰਦਾਂ ਦੀ ਕ੍ਰਿਕਟ ਵਿਚ ਬੀਤੀ ਰਾਤ ਹੈਦਰਾਬਾਦ ਵਿਚ ਭਾਰਤ ਨੇ ਪਹਿਲੇ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ।